ਰਾਜਪੁਰਾ ਦੇ ਪਿੰਡ ਅਲੂਣਾ ਦੀ ਸਰਪੰਚੀ ਦੀ ਜ਼ਿਮਨੀ ਚੋਣਾਂ ਦੇ ਵਿੱਚ ਕਾਂਗਰਸ ਪੱਖੀ ਉਮੀਦਵਾਰ ਜੋਗਿੰਦਰ ਸਿੰਘ ਨੇ ਮਾਰੀ ਬਾਜ਼ੀ। ਪੁਲਿਸ ਵੱਲੋਂ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਨਜਿੱਠਣ ਦੇ ਲਈ ਪੂਰੀ ਤਿਆਰੀ ਕੀਤੀ ਹੋਈ ਸੀ। ਜੇਤੂ ਸਰਪੰਚ ਜੋਗਿੰਦਰ ਸਿੰਘ ਨੇ ਆਪਣੀ ਜਿੱਤ ਦੇ ਲਈ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਰੇ ਹੀ ਪਿੰਡ ਦੇ ਲੋਕ ਸਰਪੰਚ ਹਨ ਅਤੇ ਉਹ ਬਿਨਾਂ ਕਿਸੇ ਵਿਤਕਰੇ ਤੋਂ ਸਾਰੇ ਪਿੰਡ ਦਾ ਵਿਕਾਸ ਕਰਵਾਉਣਗੇ। ਥਾਣਾ ਮੁਖੀ ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਕਿਸੇ ਵੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਪੂਰੀ ਪੁਲਿਸ ਫੋਰਸ ਇੱਥੇ ਲਗਾ ਰੱਖੀ ਸੀ। ਚੋਣ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਨੇਪਰੇ ਚੜ੍ਹੀ ਹੈ। ਥਾਣਾ ਮੁਖੀ ਨੇ ਕਿਹਾ ਪੁਲਿਸ ਵੱਲੋਂ ਜੇਤੂ ਅਤੇ ਹਾਰਨ ਵਾਲੇ ਉਮੀਦਵਾਰ ਅਤੇ ਉਹਨਾਂ ਦੇ ਸਮਰਥਕਾਂ ਨੂੰ ਚੋਣ ਵਾਲੀ ਥਾਂ ਤੋਂ ਭੇਜ ਦਿੱਤਾ ਗਿਆ ਹੈ ਅਤੇ ਪੁਲਿਸ ਇੱਥੇ ਇੱਕ ਰਾਤ ਹੋਰ ਡੇਰਾ ਪਾਈ ਰੱਖੇਗੀ ਤਾਂ ਜੋ ਕੋਈ ਸ਼ਾਂਤੀ ਭੰਗ ਨਾ ਕਰ ਸਕੇ। ਰਾਜਪੁਰਾ ਤੋਂ ਕੈਮਰਾਮੈਨ ਅਭਿਸ਼ੇਕ ਸੂਦ ਦੇ ਨਾਲ ਭਾਰਤ ਸੂਦ, ਆਜ਼ਾਦ ਟੀਵੀ ਨਿਊਜ਼। ਸਭ ਕੁਛ ਸੋਚਿਆ ਜਿੰਨੀ ਹੋ ਸਕੇ ਨਾ ਵਿਕਾਸ ਕਰਨ ਲਈ ਮੈਂ ਪੂਰੇ ਦਾ ਪੂਰਾ ਪਹਿਲ ਸਾਡਾ ਇੱਕ ਤਾਂ ਸੀਵਰੇਜ ਦਾ ਸਭ ਤੋਂ ਪਹਿਲਾਂ ਹਾਂਜੀ ਸੀਵਰੇਜ, ਦੂਜੇ ਨੰਬਰ ਗਲੀਆਂ ਪਿੰਡ ਦੀ ਨਹੀਂ ਸਾਨੂੰ ਸਭ ਇਕਸਾਰ ਨੇ, ਅਸੀਂ ਕਿਸੇ ਨੇ ਵਿਤਕਰ ਨਹੀਂ ਕਰਨਾ। ਹਾਂਜੀ ਸਾਡੇ ਪਿੰਡ ਦਾ ਵਿਕਾਸ ਮਤਲਬ ਸੀਨੀਅਰ ਅਫਸਰ ਸਾਹਿਬਾਨ ਨੇ ਪਹਿਲਾਂ ਹੀ ਫੋਰਸ ਜਿਹੜੀ ਇਸ ਹਿਸਾਬ ਨਾਲ ਸਾਨੂੰ ਦਿੱਤੀ ਹੋਈ ਸੀ ਜਿਹੜੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ। ਫਿਰ ਵੀ ਥੋੜ੍ਹੀ ਬਹੁਤ ਮਾੜੀ ਮੋਟੀ ਇੱਥੇ ਇਹਨਾਂ ਦੀ ਆਪਸ 'ਚ ਮਾੜੀ ਮੋਟੀ ਤਕਰਾਰਬਾਜ਼ੀ ਹੋਈ ਸੀ, ਲੇਕਿਨ ਅਸੀਂ ਉਹਨੂੰ ਮੌਕੇ 'ਤੇ ਸੰਭਾਲ ਲਿਆ ਅਤੇ ਬਾਕੀ ਹੁਣ ਵੀ ਇਹ ਜਿਹੜੇ ਵੀ ਜਿੱਤੇ ਨੇ ਹਾਰੇ ਨੇ ਇਹਨਾਂ ਸਾਰਿਆਂ ਨੂੰ ਹਦਾਇਤ ਕਰਤੀ ਵੀ ਤੁਸੀਂ ਮਤਲਬ ਹੁਣ ਪਿੰਡ ਜਾ ਕੇ ਵੀ ਸ਼ਾਂਤੀ ਬਣਾ ਕੇ ਰੱਖਣੀ ਆ, ਅਸੀਂ ਰਾਤ ਨੂੰ ਵੀ ਇੱਥੇ ਹੀ ਹਾਂ ਤਾਂ ਜੋ ਕੋਈ ਹੋਰ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰ ਸਕੇ। ਬਹੁਤ ਪੀਸਫੁੱਲ ਹੋਈ ਹੈ, ਬਿਲਕੁਲ ਸਹੀ ਹੋਈ ਹੈ।